ਕੇ ਪੁੱਛਿਆ ਹਾਲ ਮੇਰਾ ਮੇਰੇ ਕਿਵੇਂ ਜਾਂਦਾ ਸੀ। ਇਹ ਸਾਡੇ ਸਾਰੇ ਪਿੰਡ ਦੀ ਫੀਲਿੰਗ ਆ ਵੀਰੋ, ਇਹ ਕੱਲੀ ਮੇਰੇ ਦੀ ਨੀ, ਮੇਰੀ ਨੀ ਜਾਂ ਇਹਦੀ ਨੀ, ਸਾਰੇ ਪਿੰਡ ਦੀ ਫੀਲਿੰਗ ਆ। ਜੋ ਦਿਲੋਂ ਇਸ ਜਨਮ ਸਥਾਨ ਨੂੰ ਸਜਦਾ ਕਰਦੇ ਆ ਤੇ ਇੱਥੇ ਜੰਮਣ ਦਾ ਮਾਣ ਮਹਿਸੂਸ ਕਰਦੇ ਆ। ਭਾਵੇਂ ਗੁਰੂ ਜੀ ਨੇ ਥੋੜਾ ਸਮਾਂ ਇੱਥੇ ਲਾਇਆ, ਪਰ ਉਹਨਾਂ ਦੀ ਰੂਹਾਨੀਅਤ ਹਮੇਸ਼ਾ ਇੱਥੇ ਝਕਦੀ ਰਹੂਗੀ ਤੇ ਇਸ ਪਿੰਡ ਨੂੰ ਰੰਗ ਭਾਗ ਲਾਉਂਦੀ ਹੋਊਗੀ। ਉਹ ਚਾਹੇ ਕੁਝ ਪਲ ਰੁਕਿਆ ਹੈ, ਉਹਦੀ ਮਹਿਕ ਚਿਰਾਂ ਤੱਕ ਆਵੇਗੀ। ਹੁਣ ਵੇਖੋ ਕਿਸਮਤ ਜਰਮਨ ਦੀ, ਕੱਲ ਸਾਨੂੰ ਉਸ ਨਾਲ ਮਿਲਾਵੇਗੀ। ਹੱਥਾਂ ਵਿੱਚ ਫੜ ਕੇ ਹੱਥ ਮੇਰਾ, ਉਹਨੇ ਮੁੜ ਮੈਨੂੰ ਦੀ ਗੱਲ ਤਾਂ ਆਖੀ ਹੈ, ਉਹਨੇ ਆ ਕੇ ਪੁੱਛਿਆ ਹਾਲ ਮੇਰਾ ਮੇਰੇ ਲਈ ਇੰਨਾ ਕਾਫੀ ਹੈ, ਉਹਨੇ ਆ ਕੇ ਪੁੱਛਿਆ ਹਾਲ ਮੇਰਾ ਮੇਰੇ ਲਈ ਇੰਨਾ ਕਾਫੀ। ਸੋ ਵੀਰੋ, ਗੁਰੂ ਜੀ ਦੇ ਨਾਂ ਤੇ ਇੱਕ ਜਕਾਰਾ ਜ਼ਰੂਰ ਬਣਦਾ, ਮੈਂ ਫਤਿਹ ਬੁਲਾਉਂਗਾ ਤੇ ਫਤਿਹ ਦਾ ਜਵਾਬ ਫਤਿਹ ਨਾਲ ਦੇਣਾ। ਬੋਲੇ ਸੋਨਿਹਾਲ, ਸਾਡੇ NRI ਵੀਰ ਜੋ ਵੀ ਨਵੀ ਤਰਨ, ਹੈਪੀ, ਕੁਲਵਿੰਦਰ, ਵਿੱਕੀ, ਲਵਲੀ, ਜੋਬਨਪ੍ਰੀਤ, ਗੁਰਸੇਵਕ ਬਰਾੜ ਜਿਹਨੇ ਵਿਸ਼ੇਸ਼ ਤੌਰ ਤੇ, ਇਹ ਹਰਮਨ ਬਾਈ ਜਿਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਨੂੰ ਨੇਪਰੇ ਚੜਾਉਣ ਵਾਸਤੇ, ਉਹਨਾਂ ਦੇ ਦਿਲੋਂ ਰਿਣੀ ਅਸੀਂ। ਉਹ ਸਭ ਵੀਰ ਸਾਨੂੰ ਲਾਈਵ ਦੇਖ ਰਹੇ ਤੇ ਮਿੰਟ ਮਿੰਟ ਤੇ ਉਤਸ਼ਾਹ ਦੇ ਰਹੇ ਨੇ। ਸੋ ਅੱਗੇ ਤੋਂ ਵੀ ਇਸ ਟੂਰਨਾਮੈਂਟ ਦੀ ਨੀਂਹ ਬਾਈ ਸ਼ੰਮੀ ਵੱਲੋਂ ਰੱਖੀ ਜਾ ਚੁੱਕੀ ਆ, ਜਿਨ੍ਹਾਂ ਦੇ ਇਕਬਾਲ ਸਿੰਘ ਬਰਾੜ ਘੋੜਿਆਂ ਵਾਲੇ ਸਵਰਗਵਾਸੀ, ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਟੂਰਨਾਮੈਂਟ ਵਾਸਤੇ 11,000 ਰੁਪਏ ਦਾ ਬਹੁਤ ਵੱਡਾ ਮਾਣ ਲਿਖਾ ਦਿੱਤਾ ਗਿਆ, ਜੋ ਕਿ ਉਹਨਾਂ ਨੇ ਅੱਜ ਸ਼ਾਮ ਨੂੰ ਤੁਹਾਡੇ ਕੋਲ ਜਮ੍ਹਾਂ ਕਰਾ ਦਾਂਗੇ। ਵੀਰ ਦੇ ਨਾਂ ਤੇ ਤਾੜੀ ਜ਼ਰੂਰ ਲਗਾਓ। ਸੋ ਸਾਡੇ ਬਾਈ ਤੇਗਦੀਪ ਬਰਾੜ, ਜੋ ਕੁਛ ਲੈਣਾ ਉਹਨਾਂ ਨੇ ਇਸ ਗੁਰਦੁਆਰਾ ਦੀ ਸੇਵਾ ਬਾਰੇ, ਬਾਬਾ ਜੀ ਬਾਰੇ ਤੇ ਇਸ ਨਗਰ ਦੇ ਸਾਡੇ ਜੋ ਸਹਿਯੋਗੀ ਆ, ਜੋ ਨੌਜਵਾਨ ਪੀੜ੍ਹੀ ਆ, ਜਿਨ੍ਹਾਂ ਨੇ ਗਲਤ ਰਸਤੇ ਛੱਡ ਕੇ ਇਸ ਗੁਰੂ ਘਰ ਰੇਖੇ ਆਪਣੀ ਜਿੰਦ ਜਾਨ ਲਾਈ ਆ, ਅੱਧੀ ਰਾਤ ਨੂੰ ਵੀ ਇਹਨਾਂ ਦੇ ਬੋਲ ਤੇ ਭੱਜੇ ਆਉਂਦੇ ਆ, ਇੱਕ ਦੂਜੇ ਦਾ ਪੂਰਾ ਸਾਥ ਦਿੰਦੇ ਆ, ਉਹਨਾਂ ਵਾਸਤੇ ਚੰਦ ਲੈਣਾ ਲੱਗੀਆਂ ਤੇਗਦੀਪ ਬਰਾੜ ਜੀ ਪੇਸ਼ ਕਰ। ਯਾਰ ਮੈਂ ਚਾਹੁੰਦਾ ਵੀ ਪਲੀਜ਼ ਮੇਰਾ ਸਾਥ ਦੇ, ਜੰਮੇ ਭਾਵੇਂ ਕਿਸੇ ਦੇ, ਪਰ ਆਪਣੇ ਪੁੱਤ ਬਣਾਏ ਨੇ, ਸਭ ਦੀਆਂ ਅਰਦਾਸਾਂ ਕਰੀਆਂ ਤੇ ਸਾਰੇ ਸੈੱਟ ਕਰਾਏ, ਜਹਾਜ਼ ਚੜਾ ਦਿੱਤੇ, ਸੇਵਕ ਨਵੀਂ ਹੈਪੀ ਤੇ ਤਰਨ, ਜਸ਼ਨ ਤੇ ਕੱਗਾ ਲੱਗ ਕੇ ਇੱਥੇ ਹੀ ਸਰਕਾਰੀ ਨੌਕਰੀ ਕਰਨ, ਸੁਖਰਾਜ ਦੀ ਕੋਸ਼ਿਸ਼ ਜਾਰੀ ਏ, ਇਹ ਕੰਮ ਉਹਦਾ ਵੀ ਬਣ ਜਾਣਾ, ਹੋਰ 2-4 ਮਹੀਨਿਆਂ ਨੂੰ ਉਹਨੇ ਵੀ ਜਹਾਜ਼ ਤੇ ਚੜ ਜਾਣਾ, ਸੁੱਖੀ ਤੇ ਜਾਦੂ ਦੀ ਜੋੜੀ ਸਿਰਾ ਕਰਾਉਂਦੀ ਰਹੂ, ਤੁਰੇ ਜਾਂਦੇ ਰਾਹਗੀਰਾਂ ਤੇ ਟੋਟ ਕੇ ਬਣਾਉਂਦੀ ਰਹੂ, ਸ਼ੰਮੀ ਕੱਦੂ ਪਾਲਾ ਤੇ ਕਵਰ ਜ਼ਿਆਦਾ ਬੁੱਲਾਂ ਤੇ ਚੁੱਪ ਰੱਖਦੇ ਆ, ਸੁਖਪਾਲ ਤੇ ਬੀਤਾ ਹਿੰਮਤੀ ਵਾਲੇ ਹਮੇਸ਼ਾ ਕਮਰ ਕੱਸੀ ਰੱਖਦੇ ਆ, ਪਰਮਿੰਦਰ ਹਣੀ ਤੇ ਦੀਪੂ ਵਰਗੇ ਕੰਮ ਸਾਹਮਣੇ ਰੌਣਕਾਂ ਦਾ, ਤੇਜੂ ਟੌਰ ਤੇ ਰਵੀ ਸ਼ੌਂਕ ਰੱਖਦੇ ਨੇ ਗਾਉਣ ਦਾ, ਬਾਹਰੋਂ ਭਾਵੇਂ ਜਿਵੇਂ ਮਰਜ਼ੀ ਸੇਵਾ ਜ਼ਿੰਮੇਵਾਰੀ ਨਾਲ ਨਿਭਾਉਂਦੇ ਨੇ, ਬਾਬਿਆਂ ਦੇ ਇੱਕ ਬੋਲ ਤੇ ਸਾਰੇ ਭੱਜੇ ਆਉਂਦੇ ਨੇ, ਪਾਣੀ ਦੀ ਸਿੱਖਿਆ ਦੇ ਕੇ ਸਭ ਨੂੰ ਜਿਉਣਾ ਸਿਖਾ ਦਿੱਤਾ, ਤੇਗ ਵਰਗੇ ਨਲਾਇਕਾਂ ਨੂੰ ਵੀ ਡਾਕਟਰ ਬਣਾ ਦਿੱਤਾ, ਕੋਈ ਪਤਾ ਨੀ ਕਿਸੇ ਦੀ ਕਿਸੇ ਨਾਲ ਕੀ ਸਕੀਰੀ ਆ, ਕੜੀ ਦੇ ਨਾਲ ਕੜੀ ਮਲਾ ਬਣਾਈ ਜੰਜੀਰੀ ਆ, ਸਿਆਸਤ ਹੋਮੇ ਤੋਂ ਦੂਰ ਸੇਵਾ ਦਾ ਪਾਣੀ ਦੇ ਕੇ ਵੱਡੇ ਬਾਬਾ ਜੀ ਦੀ ਲਾਈ ਹੋਈ ਪਨੀਰੀ ਆ, ਇਹ ਵੱਡੇ ਬਾਬਾ ਜੀ ਦੀ ਲਾਈ ਹੋਈ ਪਨੀਰੀ ਆ, ਵੱਡੇ ਬਾਬਾ ਜੀ ਦੀ ਲਾਈ ਹੋਈ। ਕੁਛ ਬੋਲ ਉਹਨਾਂ ਨੂੰ ਸਮਰਪਿਤ, ਉਹਨਾਂ ਦੀ ਸ਼ਰਧਾਂਜਲੀ ਵਜੋਂ ਸਾਡੇ ਸਾਰੇ ਗਰੁੱਪ ਜਿਹੜੇ ਪਿੰਡ ਦੇ ਮੁੰਡੇ ਯੰਗਸਟਰ ਸੇਵਾ ਇੱਥੇ ਕਰਦੇ ਆ, ਸਾਰਿਆਂ ਵੱਲੋਂ ਸਾਰਿਆਂ ਨੂੰ GI ਨੂੰ ਥੈਂਕਸ ਕੀਤਾ ਜਾਂਦਾ, ਔਰ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਫਾਈਨਲ ਰਾਉਂਡ ਸ਼ੁਰੂ ਕਰੋ। ਪ੍ਰਭਜੋਤ ਗੱਗੇ, ਲਓ ਜੀ ਫਾਈਨਲ ਸ਼ੁਰੂ ਹੋਣ ਜਾ ਰਿਹਾ।
जल्दी तो जल्दी ग्राउंड में पहुंचे।